पंजाब के लोगों के लिए खुशी की खबर सामने आई है। आपको बता दें कि पंजाब के जो लोगों या किसी कारण अपनी प्रॉपर्टी का इंतकाल नहीं करवा पाए हैं, अब उन्हें इसके लिए परेशानी का सामना नहीं करना पड़ेगा। पंजाब की मान सरकार लोगों की सुविधाओं के लिए 6 जनवरी यानी शनिवार को छुट्टी वाले दिन पूरे राज्य में राजस्व विभाग के दफ्तरों में स्पेशल कैंप लगाए गए हैं, जहां पर मौके पर ही अधिकारी इंतकाल करके लोगों को दिए जा रहे हैं। वहीं मोगा जिले की चारों तहसीलों में भी तहसीलदार, कानूनगो और पटवारियों द्वारा कैंप लगाया गया, जहां मोगा जिले में करीब 3,600 पेंडिंग पड़े इंतकालों को किया गया। ਅਸੀਂ ਅੱਜ 6 ਸਪੈਸ਼ਲ ਕੈਂਪ ਲਗਾਇਆ ਹੈ ਕਿਉਂਕਿ ਪੁਰਾਣੀ ਪੈਂਡੈਂਸੀ ਪਈ ਸੀ ਇੰਤਕਾਲਾਂ ਦੀ, ਉਹ ਅਸੀਂ ਅੱਜ ਪੈਂਡੈਂਸੀ ਜਿੰਨੀ ਵੀ ਸਾਡੀ ਤਹਿਸੀਲ ਦੀ ਹੈਗੀ ਹੈ ਅਸੀਂ ਸਾਰੀ ਯਾਨੀ ਕਿ ਨੈਲ ਕਰਵਾ ਦਾਂਗੇ, ਸਾਰੀ ਕੰਪਲੀਟ ਕਰ ਦਾਂਗੇ ਜਿੰਨੀ ਵੀ ਹੈਗੀ ਆ। ਸਾਡਾ ਤਕਰੀਬਨ 700-800 ਪੈਂਡਿੰਗ ਸੀਗਾ ਇੰਤਕਾਲ, ਜਿਹੜਾ ਪੁਰਾਣੇ 2-3 ਸਾਲ ਤੋਂ ਪੁਰਾਣਾ ਚੱਲਿਆ ਆ ਰਿਹਾ ਸੀਗਾ, ਉਹ ਅਸੀਂ ਮਿਲਾਨ ਨਹੀਂ ਕਰਦਾ ਸੀ ਰਿਕਾਰਡ ਦੇ ਨਾਲ, ਉਹ ਅੱਜ ਅਸੀਂ ਕੰਪਲੀਟ ਕਰਕੇ ਤੋਂ ਸਾਰਾ ਅਸੀਂ ਕੰਪਲੀਟ ਕਰ ਦਾਂਗੇ। ਤੇ ਰਿਕਾਰਡ ਨੂੰ ਮਿਲਾਨ ਕਰ ਰਹੇ ਹੋ ਜਾਂ ਕਿੱਦਾਂ ਕਰਕੇ? ਨਿਰ ਰਿਕਾਰਡ ਨੂੰ ਮਿਲਾਨ ਕਰਕੇ, ਮਿਲਾਨ ਕਰਕੇ ਜੋ ਸਹੀ ਹੈ ਉਹ ਸਾਰੇ ਅਸੀਂ ਪੋਟੈਂਸ਼ੀਅਲ ਦੇ ਨਾਲ ਕਰ ਦਾਂਗੇ। ਕਿੰਨੀ ਸਹੂਲਤ ਮਿਲਦੀ ਜੀ ਲੋਕਾਂ ਨੂੰ? ਲੋਕਾਂ ਨੂੰ ਇਹਦੇ ਵਿੱਚ ਕਾਫੀ ਸਹੂਲਤ ਆ ਜੀ, ਕਿਉਂਕਿ ਪੁਰਾਣੇ ਇੰਤਕਾਲ ਪਏ ਸੀਗੇ ਉਹਦਾ ਪਤਾ ਨਹੀਂ ਲੱਗ ਰਿਹਾ ਸੀਗਾ ਵੀ ਇਹਦਾ ਕਰਜ਼ੇ ਕੀ, ਉਹ ਅਸੀਂ ਅੱਜ ਪਟਵਾਰੀ ਵੀ ਬੁਲਾਏ ਹੈ, ਕਾਨੂੰਗੋ ਵੀ ਬੁਲਾਏ, ਮੌਕੇ 'ਤੇ ਅੱਜ ਉਹਦਾ ਅਸੀਂ ਫੈਸਲਾ ਕਰਨਾ।